ਜੇ ਦੋ ਅਕਾਲੀ ਦਲ ਦਾ ਆਪਾਂ ਹਿਸਟਰੀ ਇਤਿਹਾਸ ਪੜਦੇ ਨੇ ਤੇ ਰੋਂਗ ਤੇ ਖੜੇ ਹੁੰਦੇ ਜਿਹੜੇ ਲੋਕ ਲੁੱਟ ਮਾਫੀਆ ਕਾਲੀ ਦਲ ਦੇ ਉੱਤੇ ਕਾਬਜ਼ ਹੈ ਉਹਨਾਂ ਵਾਸਤੇ ਮੌਜਾਂ ਲੱਗੀਆਂ ਹੋਈਆਂ ਨੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਲਾਅ ਐਂਡ ਆਰਡਰ ਕੈਪਟਨ ਅਮਰਿੰਦਰ ਸਿੰਘ ਮੇਨਟੇਨ ਕਰ ਸੌਣ ਵੀ ਕਿਉਂਕਿ ਉਹਨਾਂ ਦੇ ਕੋਲੇ ਟਾਈਮ ਨਹੀਂ ਹੈਗਾ ਐਸਪੀ ਅਫਦੀ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਵਰਗੇ ਲੋਕਾਂ ਦੇ ਨਾਮ ਆ ਗਏ ਤੁਸੀਂ ਕਿਹਨੂੰ ਫੜਦੇ ਹੋ ਤੁਹਾਡੀ ਸਰਕਾਰ ਕਿਹਨੂੰ ਫੜਦੀ ਹੈ ਜਿਹੜਾ ਗ੍ਰਾਮ ਅੱਧੇ ਗ੍ਰਾਮ ਨਸ਼ੇੜੀ ਹੈ ਆਦੀ ਹੈ ਦੋਸ਼ੀ ਨੇ ਅਸਲ ਦੋਸ਼ੀਆਂ ਨੂੰ ਤੁਹਾਡੀ ਸਰਕਾਰ ਹੱਥ ਨਹੀਂ ਪਾ ਰਹੀ ਕੈਪਟਨ ਮਰਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਸ਼ਰਤਾਂ ਦੇ ਤਹਿਤ ਜਿਹੜੀ ਸੰਧੀ ਹੋਈ ਹੈ ਉਸ ਸ਼ਰਤ ਦੇ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ અપਮਾਨ ਕਾਣ ਦਾ ਸੇਕ ਬਾਦਲ ਪਰਿਵਾਰ ਵਾਲੇ ਪਾਸੇ ਅਸਲ ਦੋਸ਼ੀਆਂ ਵਾਲੇ ਪਾਸੇ ਜਾਣ ਤੋਂ ਰੋਕਣਾ ਕੱਲਾ ਪੰਜਾਬ ਦੇ ਲੋਕ ਨਹੀਂ ਪੂਰੀ ਦੁਨੀਆ ਦੇ ਵਾਸਤੇ ਪੰਜਾਬੀ ਚਾਹੁੰਦੇ ਆ ਵੀ ਪੰਜਾਬ ਦੇ ਅੰਦਰ ਜਿਹੜੀ ਰਵੈਤੀ ਲੀਡਰਸ਼ਿਪ ਲੁੱਟ ਮਾਫੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਬਦੀਲ ਹੋਈ ਹੀ ਆ 10 ਸਾਲ ਬਨਾਮ 3 ਸਾਲ 13 ਸਾਲ ਅੱਜ ਕਿਤੇ ਬੈਠਾ ਪੰਜਾਬੀ ਕਿਸੇ ਮੁਲਕ ਤੇ ਬੈਠਾ ਅੱਜ ਉਹ ਚਾਹੁੰਦਾ ਕਿ ਇਸ ਰਵੈਤੀ ਲੁੱਟ ਵਾਲੀ ਲੀਡਰਸ਼ਿਪ ਦੇ ਖਿਲਾਫ ਇੱਕ ਨਵਾਂ ਮੁਹਾਜ ਖੜਾ ਹੋਵੇ ਸੋ ਮੇਰੀ ਜਿਹੜੀ ਗੱਲ ਹੈਗੀ ਉਹ ਬਡੇ ਢੀਂਡ ਸਾਹਿਬ ਦੇ ਨਾਲ ਜ਼ਰੂਰ ਹੋਈ ਆ ਐਂਡ ਅਕਾਲੀ ਦਲ ਜੇਦੋ ਅਕਾਲੀ ਦਲ ਦਾ ਆਪਾਂ ਹਿਸਟਰੀ ਇਤਿਹਾਸ ਪੜ੍ਹਦੇ ਆਂ ਤੇ ਰੌਂਗ ਟੇ ਖੜੇ ਹੁੰਦੇ ਆਂ ਅੱਜ ਅਫਸੋਸ ਹੈ ਅਕਾਲੀ ਦਲ 1920 100 ਸਾਲ 14 ਤਰੀਕ ਤੋਂ 100ਵਾਂ ਸਾਲ ਚੜ ਜਾਣਾ ਅਫਸੋਸ ਕਿ ਅਕਾਲੀ ਦਲ ਨੂੰ ਇੱਕ ਪਰਿਵਾਰ ਨੇ ਚੰਦ ਬੰਦਿਆਂ ਨੇ ਲੁੱਟ ਮਾਫੀਆ ਨੇ ਬਦਨਾਮ ਕੀਤਾ ਸੋ ਬੜੀ ਲੰਬੀ ਵਿਚਾਰ ਵਟਾਂਦਰਾ ਢਿੰਡਸਾ ਸਾਹਿਬ ਦੇ ਨਾਲ ਹੋਇਆ ਪੋਜ਼ਿਟਿਵ ਦਿਸ਼ਾ ਦੇ ਵਿੱਚ ਇਹ ਗੱਲਬਾਤ ਜਿਹੜੀ ਅੱਗੇ ਕਿਉਂਕਿ ਇੱਕ ਦੁਖਾਂਤ ਪੰਜਾਬ ਪੱਖੀ ਜਿਹੜੇ ਪੰਜਾਬ ਪ੍ਰਸਤ ਲੋਕ ਹੈਗੇ ਆ ਦੁਖਾਂਤ ਕੀ ਅਸੀਂ ਇਕੱਲੇ ਇਕੱਲੇ ਆ ਤੇ ਦੂਜੇ ਪਾਸੇ ਜਿਹੜੇ ਲੋਕ ਲੁੱਟ ਮਾਫੀਆ ਕਾਲੀਦਲ ਦੇ ਉੱਤੇ ਕਾਬਜ ਹੈ ਉਹਨਾਂ ਵਾਸਤੇ ਮੌਜਾਂ ਲੱਗੀਆਂ ਹੋਈਆਂ ਨੇ ਵੀ ਇਹ ਇਕੱਲੇ ਇਕੱਲੇ ਤੁਰੇ ਫਿਰਦੇ ਆ ਤੇ ਅਸੀਂ ਸੋ ਅਸੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਉੱਤੇ ਨਹੀਂ ਅਸੀਂ ਲੋਕਾਂ ਦੀਆਂ ਪੰਜਾਬੀ ਵੋਟਰ ਦੀਆਂ ਭਾਵਨਾਵਾਂ ਨੂੰ ਇਫੈਕਟ ਕਰਦੇ ਹੋਏ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਸਾਰਥਕ ਪੋਜ਼ਿਟਿਵ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੀ ਹੈ ਕਿਉਂਕਿ ਸਪੀਕਰ ਸਾਹਿਬ ਕਾਂਗਰਸ ਪਾਰਟੀ ਦੇ ਐਮ ਐਲ ਏ ਵੀ ਆ ਵਿਧਾਨ ਸਭਾ ਦੇ ਸਪੀਕਰ ਵੀ ਆ ਉਹਨਾਂ ਨੇ ਆਪਣੇ ਸਰਕਾਰ ਦੀ ਮੁੱਖ ਮੰਤਰੀ ਦੀ ਉਸਤਤ ਕਰਨਾ ਉਹਨਾਂ ਦੀ ਡਿਊਟੀ ਬਣਦੀ ਆ ਪਰ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਜੇ ਤਹਿਕੀਕਾਤ ਕਰੋ ਕਿ ਲਾਅ ਐਂਡ ਆਰਡਰ ਦਾ ਜਨਾਜਾ ਪੰਜਾਬ ਦੇ ਵਿੱਚ ਕਿਵੇਂ ਨਿਕਲਿਆ ਹੋਇਆ ਕਿਵੇਂ ਰੋਜ਼ ਗੈਂਗਸਟਰ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਕਿਵੇਂ ਲੁੱਟ ਖੋਹਦੀਆਂ ਵਾਰਦਾਤਾ ਕਿਵੇਂ ਬਜ਼ਾਰਾਂ ਦੇ ਵਿੱਚ ਇੱਕ ਟੈਰਰ ਸਹਿਮ ਦਾ ਮਾਹੌਲ ਹੈਗਾ ਸੋ ਪੰਜਾਬ ਦੇ ਅੰਦਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਲਾਅ ਐਂਡ ਆਰਡਰ ਕੈਪਟਨ ਅਮਰਿੰਦਰ ਸਿੰਘ ਮੇਨਟੇਨ ਕਰ ਪਾਉਣਗੇ ਕਿਉਂਕਿ ਉਹਨਾਂ ਦੇ ਕੋਲੇ ਟਾਈਮ ਨਹੀਂ ਹੈਗਾ ਹੋਮ ਮਿਨਿਸਟਰੀ ਉਹਨਾਂ ਦੇ ਕੋਲੇ ਹੈ ਸੋ ਮੇਰਾ ਸੁਝਾਅ ਹੈਗਾ ਰਾਣਾ ਜੀ ਦੀ ਗੱਲ ਸਪੀਕਰ ਸਾਹਿਬ ਦੀ ਸੱਚੀ ਹੋ ਸਕਦੀ ਹੈ ਜੇ ਕੋਈ ਹੋਮ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਸਬੋਡੀਨੇਟ ਨੂੰ سپਰਦ ਕਰ ਦੇਣ ਹੋਮ ਮਿਨਿਸਟਰੀ ਬਿਲਕੁਲ ਸਾਨੂੰ ਸਾਰੇ ਸਮਾਜ ਨੂੰ ਇਕੱਠੇ ਹੋਣਾ ਪਏਗਾ ਅਫਸਰਸ਼ਾਹੀ ਆਮ ਲੋਕ ਰਾਜਨੇਤਾ ਪੋਲਿਟਿਕਲ ਲੀਡਰਸ ਪਰ ਰਾਣਾ ਕੇਪੀਜੀ ਐਸਟੀਐਫ ਤੁਹਾਡੀ ਸਰਕਾਰ ਨੇ ਸਟਾਰਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਾਈ ਐਸਟੀਐਫ ਦੀ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਵਰਗੇ ਲੋਕਾਂ ਦੇ ਨਾਮ ਆ ਗਏ ਤੁਸੀਂ ਕਿਹਨੂੰ ਫੜਦੇ ਹੋ ਤੁਹਾਡੀ ਸਰਕਾਰ ਕਿਹਨੂੰ ਫੜਦੀ ਹੈ ਜਿਹੜਾ ਗ੍ਰਾਮ ਅੱਧੇ ਗ੍ਰਾਮ ਨਸ਼ੇੜੀ ਹੈ ਆਦੀ ਹੈ ਦੋਸ਼ੀ ਨੇ ਅਸਲ ਦੋਸ਼ੀਆਂ ਨੂੰ ਤੁਹਾਡੀ ਸਰਕਾਰ ਹੱਥ ਨਹੀਂ ਪਾ ਰਹੀ ਸੋ ਇਹ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਲੋਕ ਸਮਝ ਚੁੱਕੇ ਆ ਵੀ ਤੁਹਾਡੀ ਸੰਧੀ ਕੈਪਟਨ ਮਰਿੰਦਰ ਸਿੰਘ ਤੇ ਬਾਦਲਾਂ ਦੀ ਸੰਧੀ ਵਿਕਰਮ ਮਜੀਠੀਏ ਨੂੰ ਫੜਨ ਤੋਂ ਰੋਕਦੀ ਹੈ ਟੀਐਸਪੀ ਸਿਕੂਆ ਸਾਹਿਬ ਨੇ ਜੋ ਇੱਕ આરોਪ ਲਾਇਆ ਹੈ ਤੁਹਾਡੇ ਉੱਤੇ ਯਾਰ ਮੈਂ ਇਹ ਕਹੂੰਗਾ ਸੇ ਕੌਂਸਲ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ ਇਹ ਗਲਤ ਹੋ ਗਿਆ ਉਹਨਾਂ ਦੁਆਰਾ ਲਗਾਏ ਗਏ આરોਪਾਂ ਦੀ ਬਰੀਕੀ ਦੇ ਨਾਲ ਸ਼ਾਨਬੀਨ ਹੁੰਦੀ ਮੰਤਰੀ ਆਸ਼ੂ ਬੈਂਸ ਦੋਸ਼ੀ ਹੁੰਦੇ ਸਾਡੇ ਵਿਰੁੱਧ ਕਾਰਵਾਈ ਹੁੰਦੀ ਇਹ ਗਲਤ ਹੋ ਗਿਆ ਸਸਪੈਂਸ਼ਨ ਤੋਂ ਪਹਿਲਾਂ ਉਹਨਾਂ ਦੁਆਰਾ ਲਾਏ ਗਏ ਦੋਸ਼ਾਂ ਦੀ ਬਰੀਕੀ ਦੇ ਨਾਲ ਸ਼ਾਨਬੀਨ ਕਰਨੀ ਬਣਦੀ ਸੀ ਅਸੀਂ ਦੋਸ਼ੀ ਹੁੰਦੇ ਸਾਡੇ ਵਿਰੁੱਧ ਕਾਰਵਾਈ ਹੁੰਦੀ ਤੇ ਫੇਰ ਜੇ ਉਹ આરોਪ ਬੇਬੁਨਿਆਦ ਤੇ ਝੂਠੇ ਹੁੰਦੇ ਫਿਰ ਸਸਪੈਂਸ਼ਨ ਨਹੀਂ ਫਿਰ ਕਰੜੀ ਕਾਰਵਾਈ ਹੋਣੀ ਚਾਹੀਦੀ ਸੋ ਮੈਂ ਇਹ ਸਮਝੂਗਾ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਡ ਸੋਟਾ ਫੇਰਨਾ ਚਾਹੀਦਾ ਉਹ ਬੰਦਾ ਜਿਹੜਾ ਰੈੱਡ ਹੈਂਡਡ ਮੇਰਾ ਖਿਆਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਾਰੇ ਬੜਾ ਪੁਖਤਾ ਸਬੂਤ ਪ੍ਰੂਫ ਸੋ ਮੈਂ ਫਿਰ ਕਹੂੰਗਾ ਕਿ ਸਰਕਾਰ ਨੇ ਟੈਂਪਰੇਰੀ ਤੌਰ ਤੇ ਮਿੱਟੀ ਪਾਉਣ ਦਾ ਯਤਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਿਨਿਸਟਰ ਨੂੰ ਖੁਸ਼ ਕਰਨ ਵਾਸਤੇ ਪਰ ਮਸਲੇ ਦੀ ਤਹਿ ਤੱਕ ਨਹੀਂ ਗਏ ਤਹਿ ਤੱਕ ਜਾਣਾ ਚਾਹੀਦਾ ਸੀ ਦੋਸ਼ੀ ਬੈਂਸ ਹੋਵੇ ਦੋਸ਼ੀ ਆਸ਼ੂ ਹੋਵੇ ਕਾਰਵਾਈ ਹੋਣੀ ਚਾਹੀਦੀ ਸੀ ਤੇ ਜੇ ਉਹ ਬੇਬੁਨਵਾਦ ਹੁੰਦੇ ਫਿਰ ਸਸਪੈਂਸ਼ਨ ਨਹੀਂ ਫਿਰ ਕਰੜੀ ਕਾਰਵਾਈ ਹੋਣੀ ਚਾਹੀਦੀ ਸੀ ਤਾਂ ਜੋ ਇੱਕ ਬੇਈਮਾਨ ਕ੍ਰਪਟ ਅਫਸਰ ਕੋਈ ਵੀ ਹੋਵੇ ਉਹ ਬੇਬੁਨਿਆਦ ਗੱਲਾਂ ਕਰਨ ਤੋਂ ਗੁਰੇਜ਼ ਕਰੇ ਅਕਾਲੀ ਦਲ ਸਿਰਫ ਤੇ ਸਿਰਫ ਆਪਣੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚੋਂ ਲੈ ਚੁੱਕੀ ਆ ਉਹ ਲੋਕਾਂ ਦੇ ਮਨਾਂ ਵਿੱਚ ਦੁਬਾਰਾ ਰਿਵਾਈਵ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਬਣਾ ਰਿਹਾ ਜਦੋਂ ਤੁਸੀਂ ਬਾਦਲਾਂ ਦੀ ਸਰਕਾਰ ਸੀ ਸੁਖਵੀਰ ਬਾਦਲ ਦੇ ਸਟੇਟਮੈਂਟ ਕੱਢ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਐ ਐਂਡ ਦੂਜੇ ਹੱਥ ਬੀਜਪੀ ਜਿਹੜੀ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਸਿੱਖਾਂ ਦੇ ਨਾਲ ਬਿਤਕਰਾ ਕਰਦੀ ਆਈ ਐ ਇਹ ਵੀ ਇੱਕ ਬਹੁਤ ਵੱਡਾ ਬਿਤਕਰਾ ਕੀ ਸੀ ਜੇ ਤੁਸੀਂ ਅਨਾਉਂਸਮੈਂਟ ਕੀਤੀ ਐ ਉਹਸ ਅਨਾਉਂਸਮੈਂਟ ਇੱਕ ਉਸਾਰੂ ਮਾਹੌਲ ਪੈਦਾ ਹੋ ਗਿਆ ਸੀਗਾ ਕਿਸੇ ਵੀ ਸਤਕਾਰਯੋਗ ਹਿੰਦੂ ਮੁਸਲਮ ਈਸਾਈ ਮਤਲਬ ਸਿੱਖ ਤੋਂ ਬਿਨਾਂ ਕਿਸੇ ਦੂਸਰੇ ਧਰਮ ਦੇ ਕਿਸੇ ਵੀ ਸਤਕਾਰਯੋਗ ਸੱਜਣ ਨੇ ਵਿਰੋਧ ਨਹੀਂ ਸੀ ਕੀਤਾ ਇਹ ਸੀ ਵੀ ਬਿਲਕੁਲ ਠੀਕ ਐ ਉਹ ਸਮਾਂ ਲੰਘ ਗਿਆ ਹੁਣ ਸਾਨੂੰ ਸ਼ਾਂਤੀ ਵਾਸਤੇ ਸਾਨੂੰ ਆਪਸੀ ਭਾਈਚਾਰਾ ਸਾਡੀ ਕਮਿਊਨਲ ਹਾਰਮਨੀ ਜਿਹੜਾ ਧਾਰਮਿਕ ਤੌਰ ਤੇ ਸਾਡਾ ਆਪਸੀ ਭਾਈਚਾਰਾ ਉਹਨੂੰ ਮਜ਼ਬੂਤ ਕਰਨ ਵਾਲੇ ਪਾਸੇ ਜਿਹੜਾ ਕਿਦਰ ਦਾ ਲਿਆ ਗਿਆ ਫੈਸਲਾ ਜਿਹਦੇ ਤੋਂ ਬਾਅਦ ਤੇ ਬੀਜੇਪੀ ਪਿੱਛੇ ਹਟਿਆ ਲੋਕ ਉਹਨੂੰ ਤਾਰੀਫ ਕਰਦੇ ਸੀ ਉਹਦੀ ਪ੍ਰਸ਼ੰਸਾ ਕਰਦੇ ਸੀ ਤਨੰਜੇ ਜਿਹੜਾ ਬੱਚੇ ਨੇ ਸੁਇਸਾਈਡ ਕੀਤਾ ਪ੍ਰਭੂ ਦਾਤ ਸਕੂਲ ਦਾ ਮਾਲਕ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਇਹ ਗੱਲ ਸਾਫ਼ ਤੇ ਸਪਸ਼ਟ ਹੈ ਕਿ ਸਰਕਾਰ ਦੀ ਸਰਪ੍ਰਸਤੀ ਪ੍ਰਭੂ ਦਾਤ ਨੂੰ ਹਾਸਲ ਹੈ ਰੀਜ਼ਨ ਬਿਹਾਈਂਡ ਇਦੇ ਪਿੱਛੇ ਕਾਰਨ ਕੀ ਹੈ ਕਾਰਨ ਬੜਾ ਸਾਫ਼ ਤੇ ਸਪਸ਼ਟ ਹੈ ਸਕੂਲ ਐਜੂਕੇਸ਼ਨ ਲੂਟ ਮਾਫੀਆ ਵੋਟਾਂ ਦੇ ਦਿਨਾਂ ਵਿੱਚ ਵੱਡੀਆਂ ਪੋਲੀਟੀਕਲ ਪਾਰਟੀਆਂ ਨੂੰ ਕਰੋੜਾਂ ਰੁਪਇਆ ਚੰਦਾ ਦਿੰਦੇ ਆ ਮੂੰਹ ਖਾਵੇ ਤੇ ਅਕਸ਼ਰ ਮਾਵੇ ਪ੍ਰਭੂ ਦਾਦੀ ਦੀ ਗ੍ਰਿਫਤਾਰੀ ਹੋਈ ਨਹੀਂ ਤੇ ਨਾ ਹੀ ਹੋਣੀ ਆ ਮਸਲਾ ਠੰਡੇ ਵਸਤੇ ਪੁਲਿਸ ਯਤਨ ਕਰ ਰਹੀ ਹੈ ਕਿ ਉਹ ਸਪੀਡ ਪਰਿਵਾਰ ਦੇ ਉੱਤੇ ਦਬਾਅ ਪਾ ਕੇ ਕਿਸੇ ਢੰਗ ਤਰੀਕੇ ਕੰਪਰੋਮਾਈਜ਼ ਕਰਾਇਆ ਜਾਵੇ ਟੀਚਰ ਸਾਡਾ ਜਿਹੜਾ ਕੌਮ ਨਰਮਤਾ ਅਸੀਂ ਕਹਦੇ ਨੇ ਨੇਸ਼ਨ ਬਿਲਡਰ ਕੌਮ ਨਿਰਮਾਤਾ ਨੇਸ਼ਨ ਬਿਲਡਰ ਟੀਚਰਜ਼ ਨੂੰ ਭੱਦੀਆਂ ਗਾਲਾਂ ਕੱਢਣੀਆਂ ਤੁਰੰਤ ਉਹਨਾਂ ਨੂੰ ਮਾਫੀ ਮੰਗਦੇ ਹੋਏ ਸਿੱਖਿਆ ਮੰਤਰੀ ਸਾਹਿਬ ਨੂੰ ਮਾਫੀ ਮੰਗਦੇ ਹੋਏ ਆਪਣੀ ਗਲਤੀ ਕਬੂਲਣੀ ਚਾਹੀਦੀ ਹੈ ਜੇ ਉਹ ਮਾਫੀ ਮੰਗਦੇ ਹੋਏ ਆਪਣੀ ਗਲਤੀ ਨਹੀਂ ਕਬੂਲਦੇ ਕੈਪਟਨ ਮਰਿੰਦਰ ਸਿੰਘ ਨੂੰ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਮੈਂ ਉਹਨਾਂ ਸਿੱਖ ਨੌਜਵਾਨ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਮੇਂ ਦੀ ਹਕੂਮਤ ਨੂੰ ਜਗਾਉਣ ਵਾਸਤੇ ਉੱਥੇ ਕੀਰਤਨ ਦਾ ਪ੍ਰਬੰਧ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚਟਾਏ ਮਤਲਬ ਇਸ ਤਰੀਕੇ ਦੇ ਗੁਰਵਾਣੀ ਦੇ ਉਹ ਪਵਿੱਤਰ ਸ਼ਬਦ ਜਿਹੜੇ ਕਿ ਇਸ ਮਸਲੇ ਨੂੰ ਲੈ ਕੇ ਭਾਵਨਾਵਾਂ ਸਾਡੀ ਜਿਹੜੀ ਹਿਰਦਾ ਹੈਗਾ ਉਹਨੂੰ ਝੰਜੋੜਦੇ ਆ ਸਾਡੀ ਆਤਮਾ ਨੂੰ ਝੰਜੋੜਦੇ ਆ ਪਰ ਮੈਨੂੰ ਅਫਸੋਸ ਹੈ ਸੁਖਜਿੰਦਰ ਰਿੰਦਾਵਾ ਜੀ ਦੀ ਗੱਲ ਚੱਲਣੀ ਨਹੀਂ ਉਹਨਾਂ ਦੀ ਗੱਲ ਮੰਨੀ ਨਹੀਂ ਜਾਣੀ ਕਿਉਂਕਿ ਕੈਪਟਨ ਮਰਿੰਦਰ ਸਿੰਘ ਦੀ ਬਾਦਲਾਂ ਦੇ ਨਾਲ ਸ਼ਰਤਾਂ ਦੇ ਤਹਿਤ ਜਿਹੜੀ ਸੰਧੀ ਹੋਈ ਹੈ ਉਸ ਸ਼ਰਤ ਦੇ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ અપਮਾਨ ਕਾਂਡ ਦਾ ਸੇਕ ਬਾਦਲ ਪਰਿਵਾਰ ਵਾਲੇ ਪਾਸੇ ਅਸਲ ਦੋਸ਼ੀਆਂ ਵਾਲੇ ਪਾਸੇ ਜਾਣ ਤੋਂ ਰੋਕਣਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ